ਸਤਿ ਸ਼੍ਰੀ ਅਕਾਲ ਜੀ। ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ, ਧਰਤੀ ਦਾ ਪਾਣੀ ਖਤਮ ਹੋ ਰਿਹਾ, ਪੰਜਾਬ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ, ਪੰਜਾਬ ਦੇ ਜੰਗਲ ਅਤੇ ਦਰੱਖਤ ਜਿਹੜੇ ਨੇ ਉਹ ਤੇਜ਼ੀ ਨਾਲ ਘੱਟ ਰਹੇ ਨੇ, ਕੱਟੇ ਜਾ ਰਹੇ ਨੇ। ਬਦਕਿਸਮਤੀ ਇਹ ਹੈ, ਜਿਨ੍ਹਾਂ ਨੂੰ ਪਹਿਲਾਂ ਜੰਗਲ ਨੂੰ ਸੰਭਾਲਣ ਦਾ ਮੰਤਰਾਲਾ ਦਿੱਤਾ ਸੀ, ਉਹ ਖੁਦ ਹੀ ਜੰਗਲ ਨੂੰ ਵੇਚਣ ਲੱਗ ਗਏ। ਜਦੋਂ ਕਿਸੇ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ, ਉਹ ਬਾਗ ਛੇਤੀ ਉੱਜੜ ਜਾਂਦਾ। ਅੱਜ ਕੱਲ੍ਹ ਮੱਤੇਵਾੜਾ ਦੇ ਜੰਗਲਾਂ ਦੀ ਗੱਲ ਚੱਲ ਰਹੀ ਹੈ। ਮੈਂ ਬਰੀਫਲੀ ਦੱਸ ਦਿੰਦਾ, ਸੰਖੇਪ 'ਚ ਦੱਸ ਦਿੰਦਾ। ਸੈਂਟਰ ਸਰਕਾਰ ਨੇ ਕੈਪਟਨ ਸਰਕਾਰ ਨੂੰ ਇੱਕ ਪ੍ਰਪੋਜ਼ਲ ਭੇਜੀ ਕਿ ਇੱਥੇ ਟੈਕਸਟਾਈਲ ਇੰਡਸਟਰੀ ਲਾਉਣੀ ਹੈ, ਸਾਨੂੰ 1000 ਏਕੜ ਚਾਹੀਦੀ ਹੈ। ਤਾਂ ਕੈਪਟਨ ਸਾਹਿਬ ਨੇ ਬਿਨਾਂ ਕੁਛ ਪਤਾ ਕੀਤੇ ਕਿ ਇਹਦਾ ਨੁਕਸਾਨ ਕੀ ਹੋਊਗਾ, ਕਿੰਨੇ ਉੱਜੜਨਗੇ ਦਰਿਆ 'ਚ ਪਾਣੀ, ਕਿੰਨਾ ਜ਼ਹਿਰੀਲਾ ਜਾਊਗਾ, ਉਹਨਾਂ ਨੂੰ ਮਨਜ਼ੂਰੀ ਦਿੱਤੀ ਕਿ ਹਾਂਜੀ ਸਾਡੇ ਵੱਲੋਂ ਮਨਜ਼ੂਰ ਹੈ। ਅਤੇ ਜਦੋਂ ਸਾਡੇ ਕੋਲ ਦੁਬਾਰਾ ਫਾਈਲ ਆਈ ਤਾਂ ਅਸੀਂ ਉਹਦਾ ਸਾਰਾ ਪਤਾ ਕੀਤਾ। ਅਸੀਂ ਕਿਹਾ ਵੀ ਇਹ ਤਾਂ ਬਹੁਤ ਹੀ ਖਤਰਨਾਕ ਹੈ ਕਿ ਜੰਗਲ ਉੱਜੜ ਜੂਗਾ, ਉੱਤੋਂ ਪਾਣੀ ਜਿਹੜਾ ਉਹ ਸਤਲੁਜ ਦੇ ਵਿੱਚ ਜਾਊਗਾ, ਜ਼ਹਿਰੀਲਾ ਹੋਊਗਾ। ਤਾਂ ਅਸੀਂ ਇਹਦੇ 'ਤੇ ਗੌਰ ਕੀਤਾ ਔਰ ਗੌਰ ਕਰਕੇ ਫੈਸਲਾ ਕੀਤਾ। ਅੱਜ ਅਸੀਂ ਉਹਨਾਂ ਦੀ ਜਿਹੜੀ ਐਕਸ਼ਨ ਕਮੇਟੀ ਹੈ ਉਹਨਾਂ ਨੂੰ ਵੀ ਬੁਲਾਇਆ ਸੀ, ਸਲਾਹ ਕਰਕੇ ਫੈਸਲਾ ਕੀਤਾ ਕਿ ਮੱਤੇਵਾੜਾ ਦੇ ਜੰਗਲ 'ਚ ਕੋਈ ਇੰਡਸਟਰੀ ਨਹੀਂ ਲੱਗੂਗੀ, ਬਲਕਿ ਪੰਜਾਬ ਦੇ ਵਿੱਚ ਜਿੱਥੇ ਵੀ ਦਰਿਆ ਦਾ ਕਿਨਾਰਾ ਹੈ, ਜਿੱਥੇ ਵੀ ਕੋਈ ਪਾਣੀ ਜਿਹੜਾ ਉਹ ਵਗਦਾ, ਉੱਥੇ ਕੋਈ ਇਹੋ ਜਿਹੀ ਇੰਡਸਟਰੀ ਨਹੀਂ ਲੱਗੂਗੀ ਜਿਹੜੀ ਪਾਣੀ ਨੂੰ, ਗੰਧਲੇ ਪਾਣੀ ਨੂੰ ਉਹਦੇ ਵਿੱਚ ਡੰਪ ਕਰਦੀ ਹੋਵੇ। ਸੋ ਅੱਜ ਬੜਾ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਹੋਇਆ ਕਿ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੂਗੀ। ਜੇ ਉਹਨਾਂ ਨੇ ਲਾਉਣੀ ਹੈ, ਅਸੀਂ ਕਿਤੇ ਹੋਰ ਜਗ੍ਹਾ ਉਹਨਾਂ ਨੂੰ ਪ੍ਰੋਵਾਈਡ ਕਰਾ ਦਾਂਗੇ, ਪਰ ਉੱਥੇ ਵੀ ਪਾਣੀ ਨਾ ਉਹ ਖਰਾਬ ਕਰਨ। ਸੋ ਅਸੀਂ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਸੀ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਅਸੀਂ ਇਹਨਾਂ ਤਿੰਨੇ ਦਰਜਿਆਂ ਨੂੰ ਬਚਾਉਣ ਲਈ ਜੀ ਜਾਨ ਲਾ ਦਾਂਗੇ, ਵਚਨਬੱਧ ਵੀ ਹਾਂ, ਬਸ ਤੁਹਾਡੇ ਸਮਰਥਨ ਦੀ ਲੋੜ ਹੈ। देखते रहिए डीवी भारती समाचार, नजर हर खबर पर।